ਪੁਰਾਣੀ ਇੱਕ ਕੋਈ ਪੁਰਾਣੀ ਯਾਦ ਆ ਮਿੱਤਰ ਆ ਵਧੀਆ ਐਨ ਵਧੀਆ ਘੈਂਟ ਮਿੱਤਰ ਆ ਉਹਦੀ ਗੱਲ ਸੁਣਾਉਣਾ ਜੱਜ ਨਹੀਂ ਕਰਨਾ ਸਾਨੂੰ ਅੱਜ ਦੀ ਐਕਟੀਵਿਟੀ ਕੀ ਆ ਮਤਲਬ ਡੇਲੀ ਰੂਟੀਨ ਸਾਡਾ ਵਲੌਗ ਵੈਲਕਮ ਬੈਕ ਟੂ ਡੂਬਰੋ ਚੈਨਲ ਅਤੇ ਉਹੀ ਜਗ੍ਹਾ ਉਹੀ ਪਲੇਸ ਸਾਡੀ ਪਾਰਕਿੰਗ ਸਹੀ ਹੈ ਗੱਡੀ ਚੱਲੇ ਹਾਂ ਸਵੇਰ ਦਾ ਟਾਈਮ ਆ 11 ਵੱਜ ਗਿਆ 11:30 ਅਤੇ ਕਿਸੇ ਦਾ ਵੇਟ ਕਰ ਰਹੇ ਸੀ ਮਿਲਣਾ ਜਾ ਕੇ ਅਤੇ ਉਹ ਬੰਦਾ ਹੁਣ ਤੁਰ ਪਿਆ ਉੱਥੋਂ ਜਿਹਨਾਂ ਮਿਲਣਾ ਵਾ ਹੁਣ ਲੱਗਣਾ ਅੱਧਾ ਘੰਟਾ ਹੋ ਕੇ 15 ਮਿੰਟ ਹੋ ਗਿਆ ਸਾਨੂੰ 10 ਮਿੰਟ ਲੱਗਣੇ ਇੱਥੋਂ ਅਤੇ ਇੱਥੋਂ 10 ਮਿੰਟਾਂ ਦੇ ਵਿੱਚ ਅਸੀਂ ਪਹੁੰਚਦੇ ਹਾਂ ਜਿੱਥੇ ਅਸੀਂ ਲੋਕੇਸ਼ਨ ਡਿਸਾਈਡ ਕੀਤੀ ਆ ਉੱਥੇ ਸਾਡੀ ਇੱਕ ਸਮਾਲ ਮੀਟਿੰਗ ਆ ਬੰਦੇ ਨਾਲ ਅਤੇ ਉਹ ਮੀਟਿੰਗ ਤੋਂ ਬਾਅਦ ਫਿਰ ਮਿਲਦੇ ਹਾਂ ਜਬਲ ਅਲੀ ਜਾਣਾ ਜਬਲ ਅਲੀ ਉਹ ਮੁੰਡਿਆਂ ਨੂੰ ਗਿਫਟ ਜਿਹਾ ਦੇਣਾ ਸੀਗਾ ਮਤਲਬ ਗਿਫਟ ਨਹੀਂ ਇੱਕ ਚੀਜ਼ ਆ ਆਈਟਮ ਅਤੇ ਆਹੀ ਸਾਡੀ ਰੂਟੀਨ ਆ ਠੀਕ ਆ ਅਤੇ ਤੁਹਾਨੂੰ ਮਿਲਦੇ ਹੁਣ ਆਨ ਦਾ ਵੇ ਅੱਜ ਰੂਟੀਨ ਅੱਜ ਦਾ ਵਲੌਗ ਸਟਾਰਟ ਹੋ ਚੁੱਕਿਆ ਹੋਪ ਯੂ ਲਾਈਕ ਇਟ ਹਾਂ ਪੁਰਾਣਾ ਵਲੌਗ ਅਪਲੋਡ ਹੋ ਗਿਆ ਅਤੇ ਹੁਣ ਜਾ ਕੇ ਦੇਖ ਲਿਓ ਥੋੜ੍ਹਾ ਜਿਹਾ ਪਿਆਰ ਦੇ ਦਿਓ ਵਲੌਗ ਥੈਂਕ ਯੂ ਸੋ ਮੱਚ ਐਨਕਾਂ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ ਜਦੋਂ ਆਪਾਂ ਨਿਕਲ ਕੇ ਜਾਂਦੇ ਹਾਂ ਲੇਕਿਨ ਐਨਕਾਂ ਮੇਰੀ ਆਪਣੀ ਅਸੀਂ ਦੂਜੀ ਗੱਡੀ ਵਿੱਚ ਲਾ ਲਈਏ ਨਾ ਗੱਲ ਧੁੱਪ ਜ਼ਿਆਦਾ ਹੁੰਦੀ ਆ ਅਤੇ ਅੱਖਾਂ ਖੁੱਲਦੀਆਂ ਨੇ ਫਿਰ ਹੈਗੀਆਂ ਸਾਰੇ ਰਾਹ ਚੱਲ ਵੀ ਮੱਕਣਾ ਚੱਲੀਏ ਚਲੋ ਮਿਲਦੇ ਹਾਂ ਹੁਣ ਫਿਰ ਆਪਾਂ ਨੈਕਸਟ ਸਟੇਸ਼ਨ 'ਤੇ ਥੋੜ੍ਹੀ ਜਿਹੀ ਇੰਟਰਪਸ਼ਨ ਉਹਨਾਂ ਨੇ ਵੂਮੈਨ ਥੱਲੇ ਆਉਣਾ ਸੀ ਟਰੱਕ ਦੇ ਪਰ ਜੋ ਕਚਰਾ ਚੱਕਣਾ ਵਾਲਾ ਹੁੰਦਾ ਫਿਰ ਬਾਰਿਸ਼ ਲੱਗੂਗਾ ਉੱਥੇ ਜਾ ਕੇ ਇੱਥੇ ਫਿਰ ਅਸੀਂ ਨਿਕਲਾਂਗੇ ਸਟੇਸ਼ਨ 'ਤੇ ਆ ਗਏ ਜਿੱਥੇ ਆਪਾਂ ਮੁੰਡੇ ਨੂੰ ਮਿਲਣਾ ਸੀਗਾ ਅਤੇ ਫਿਰ ਆਪਾਂ ਮਿਲਦੇ ਹਾਂ ਮਿਲ ਕੇ ਮੀਟਿੰਗ ਕਰਕੇ ਸਹੀ ਹੈ ਫਿਰ ਦਿਖਾਉਂਦੇ ਅਗਲਾ ਪ੍ਰੋਗਰਾਮ ਕੀ ਹੈ ਮੀਟਿੰਗ ਖਤਮ ਹੋ ਗਈ ਆ ਤੇ ਹੁਣ ਆਪਾਂ ਚੱਲੇ ਆ ਪਾਰਕਿੰਗ ਦੇ ਵਿੱਚ ਪਾਰਕਿੰਗ ਤੋਂ ਅੱਗੇ ਥੋੜਾ ਜਿਹਾ ਮਾਰਕੀਟ ਜਾਣਾ ਵਾ ਪਾਰਕਿੰਗ ਦੇ ਵਿੱਚ ਆ ਗਏ ਉਹ ਜਾ ਰਿਹਾ ਤੇ ਤੁਹਾਨੂੰ ਮਿਲਦਾ ਨੈਕਸਟ ਸਟੇਸ਼ਨ ਤੇ ਓਕੇ ਰੈਡ ਵਾਈਨ ਓਕੇ ਚੱਲ ਠੀਕ ਹੈ ਥੱਲੇ ਕਿਤੇ ਉਹਦੇ ਨਾਲ ਬਲੱਡ ਸਰਕੂਲੇਸ਼ਨ ਵਧੀਆ ਹੁੰਦਾ ਵਾ ਉਹੀ ਕਰਨਾ ਉਹ
ਮੀਟਿੰਗ ਖਤਮ ਹੋ ਗਈ ਆ ਆਪਣੇ ਪਲਾਨ ਚੇਂਜ ਹੋ ਗਿਆ ਜਬਲ ਵਾਲੀ ਜਾਣਾ ਸੀ ਉਹ ਨਹੀਂ ਜਾ ਰਹੇ ਤੇ ਕਿਉਂਕਿ ਸਾਨੂੰ ਯਾਦ ਆ ਗਿਆ ਵੀ ਅੱਜ ਘਰੇ ਗੈਸਟ ਨੇ ਆਉਣਾ ਨਿੱਕੇ ਜਿਹੇ ਗੈਸਟ ਨੇ ਨਾ ਅਸਲੀ ਆਪ ਹੀ ਫਰੈਂਡ ਨੇ ਆਉਣਾ ਵਾ ਤੇ ਉਹਦੇ ਲਈ ਕੁਛ ਆਰਡਰ ਆਇਆ ਸਾਨੂੰ ਕਿ ਕੁਛ ਖਾਣਾ ਪੀਣਾ ਲੈ ਕੇ ਆਉਣਾ ਵਾ ਬੱਚਿਆਂ ਲਈ ਜੋ ਚਾਹੀਦਾ ਹੁੰਦਾ ਚੋਕਲੇਟ ਡੋਨਟ ਵਗੈਰਾ ਜੇ ਉਹ ਲਟਰਮ ਪਟਰਮ ਅੱਛਾ ਅਸੀਂ ਉਹ ਲੈਣ ਚੱਲੇ ਹਾਂ ਹੁਣ ਤੇ ਫਿਰ ਰਾਸਤੇ 'ਚ ਮਤਲਬ ਇਹਨਾਂ ਨੂੰ ਰੈੱਡ ਵਾਈਨ ਦਾ ਯਾਦ ਆ ਗਿਆ ਅਤੇ ਇਹ ਸਾਹਿਬ ਕਹਿੰਦੇ ਬਲੱਡ ਸਰਕੂਲੇਸ਼ਨ ਅਸੀਂ ਪ੍ਰੋਪਰ ਕਰਨਾ ਵਾ ਅਤੇ ਚਲੋ ਮੈਂ ਕਿਹਾ ਉਹ ਵੀ ਦੇਖ ਲੈਂਦੇ ਹਾਂ ਹੁਣ ਆਹ ਦੋ ਕੰਮ ਨਿਬੇੜ ਕੇ ਫਿਰ ਘਰ ਜਾਵਾਂਗੇ ਜੱਜ ਨਹੀਂ ਕਰਨਾ ਸਾਨੂੰ ਜਿਹੜੇ ਸਾਨੂੰ ਪਾਰਕਿੰਗ ਲੱਗੀ ਨਾ ਸਲੀਮ ਇੱਥੇ ਸਵੇਰ ਦੇ ਟਾਈਮ ਤਾਂ ਡੀਮੋਟੀਵੇਟ ਨਹੀਂ ਹੋਏਗਾ ਤੂੰ ਤੈਨੂੰ ਤੇਰੀ ਕਮਿਊਨਿਟੀ ਮਿਲ ਜਾਣੀ ਆ ਬਈ ਹਾਂ ਯਾਰ ਬਈ ਅਸੀਂ ਇਕੱਲੇ ਸੀਗੇ ਇਹ ਸੋਚ ਕੇ ਆਏ ਸੀ ਵੀ ਸਵੇਰ ਦਾ ਟਾਈਮ ਹੈ ਜਾਂ ਰਸ਼ ਨਹੀਂ ਹੋਊਗਾ ਤੇ ਪਾਰਕਿੰਗ ਫੁੱਲ ਆ ਐਨ ਜਮਾ ਹੀ ਤੇ ਵੀਕਐਂਡ ਸਟਾਰਟ ਆ ਤੁਹਾਨੂੰ ਪਤਾ ਫਿਰ ਵੀਕਐਂਡ ਤੇ ਘੈਂਟ ਚੱਲਦਾ ਕੰਮ ਹੈ ਨਾ ਗੱਲ ਹੈਗੀ ਏਦਾਂ ਸਮਾਨ ਆਪਾਂ ਲੈ ਲਿਆ ਠੀਕ ਆ ਇਹ ਕਹਿੰਦਾ ਡਿੱਗੀ 'ਚ ਰੱਖਣਾ ਮੈਂ ਕਿਹਾ ਨਾ 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 ਡਿੱਗੀ 'ਚ ਤਾਂ ਇੱਧਰ ਉੱਧਰ ਹੋ ਗਏ ਟੁੱਟ ਜੂ ਦੁੱਖ ਲੱਗੂ ਫਿਰ ਜ਼ਿਆਦਾ ਅਤੇ ਆਹ ਰੱਖ ਲਿਆ ਮੂਹਰਲੀ ਸੀਟ 'ਤੇ ਆਪਾਂ ਪੈਰਾਂ ਦੇ ਵਿੱਚ ਹੁਣ ਆਪਾਂ ਚੱਲਿਆ ਵਾਪਸ ਦੁਬਈ ਅਜਮਾਨ ਆਏ ਸੀਗੇ ਦੁਬਈ ਚੱਲਿਆ ਵਾਪਸ ਆਪਣਾ ਸਮਾਨ ਲੈ ਕੇ ਅਤੇ ਉੱਥੋਂ ਸ਼ੋਪਿੰਗ ਕਰਨੀ ਆ ਥੋੜ੍ਹੀ ਜਿਹੀ ਗਰੋਸਰੀ ਤੋਂ ਔਰ ਚੋਕਲੇਟ ਸ਼ੋਕਲੇਟ ਵਗੈਰਾ ਉਹ ਥੋੜ੍ਹੇ ਬਾਏ ਕਰਨੇ ਆ ਠੀਕ ਆ ਉਹ ਬਾਏ ਕਰਨ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਸਿੱਧਾ ਘਰੇ ਘਰੇ ਜਾ ਕੇ ਆਪਾਂ ਕਰਾਂਗੇ ਰੈਸਟ ਕਿਉਂ ਸਲੀਮੇ ਬਿਲਕੁਲ ਰੈਸਟ ਕਰਾਂਗੇ ਬਹੁਤ ਕਰ ਲਏ ਨਾ ਕੰਮ ਬਹੁਤ ਕਰ ਲਏ ਅਤੇ ਅਸੀਂ ਘਰੇ ਜਾ ਕੇ ਕਰਾਉਣੀ ਆ ਰੈਸਟ ਫਿਰ ਰੈਸਟ ਕਰਦਾ ਜਵਾਕਾਂ ਨਾਲ ਪਲੇ ਕਰਾਂਗੇ ਉਹਨਾਂ ਨੇ ਸੌਣ ਦੇਣਾ ਕਿਤੇ ਸ਼ਾਮ ਨੂੰ ਫਿਰ ਦੇ ਦਿਆਂ ਹੋਰ ਕੀ ਗੱਲਬਾਤ ਬਣਦੀ ਆ ਚਲੋ ਜੀ ਮਿਲਦੇ ਹਾਂ ਫਿਰ ਘਰੇ ਜਾ ਕੇ ਗੱਲਬਾਤ ਬਹੁਤ ਘੈਂਟ ਆ ਮਤਲਬ ਤੂੰ ਊਂ ਘੁਮਾ ਕੇ ਦੱਸ ਦੇ ਮੇਨ ਗੱਲ ਨਾ ਦੱਸ ਕਹਿੰਦਾ ਬੰਦੇ ਦੇ ਮਤਲਬ ਕਿ ਕੱਟ ਲੱਗ ਗਿਆ ਡਾਕਟਰ ਕਹਿੰਦਾ ਕਿੱਥੇ ਲੱਗਿਆ ਹੈ ਚੀਰਾ ਮਤਲਬ ਕੱਟ ਕਿੱਥੇ ਲੱਗਿਆ ਯਾਰ ਉਹਨੂੰ ਕੀ ਫੀਲ ਹੋਇਆ ਉਹਨੂੰ ਕੀ ਫੀਲ ਹੋਇਆ ਯਾਰ ਡਾਕਟਰ ਘਬਰਾ ਜਵਾ ਕੀ ਕਰੀਏ ਤੇ ਡਾਕਟਰ ਦੇ ਰਿਐਕਸ਼ਨ ਕੀ ਹੋਣ ਗਿਆ ਨਾ ਮੈਨੂੰ ਬੋਲਣ ਦਊਗਾ ਟ੍ਰੈਫਿਕ ਬਹੁਤ ਸੀਗਾ ਅਜਮਾਨ ਤੋਂ ਆਉਂਦੇ ਹੋਏ ਹੈਂ ਉਹ ਖੜਕਾ ਹੋ ਰਿਹਾ ਅੰਤ ਅੰਤ ਅਤੇ ਬਹੁਤ ਜ਼ਿਆਦਾ ਟ੍ਰੈਫਿਕ ਸੀਗਾ ਹੁਣ ਆਪਾਂ ਗਰੋਸਰੀ ਮਤਲਬ ਬੱਚਿਆਂ ਦਾ ਸਮਾਨ ਜਿਹਾ ਲੈਣ ਅਗਰ ਉਹ ਨਾ ਲਿਆ ਤਾਂ ਸਾਨੂੰ ਲੋਕ ਫਾਂਸੀ ਸਿੱਧੀ ਸ਼ੂਟ ਆਊਟ ਚੱਲਣਾ ਉੱਥੇ ਘਰੇ ਇਸ ਕਰਕੇ ਆਪਾਂ ਸਮਾਨ ਲੈ ਲਈਏ ਫਿਰ ਤੁਹਾਨੂੰ ਮਿਲਦੇ ਹਾਂ ਓਕੇ ਅਪਡੇਟ ਤੁਹਾਨੂੰ ਦੇਈ ਜਾ ਰਹੇ ਨਾਲ ਨਾਲ ਕਿੱਥੇ ਕਿੱਥੇ ਆਪਾਂ ਜਾ ਰਹੇ ਹਾਂ ਲਟਰਮ ਪਟਰਮ ਸਮਾਨ ਹੈ ਨਾ ਜਵਾਕਾਂ ਨੂੰ ਖੁਸ਼ ਕਰਨ ਲਈ ਹੁਣ ਆਪਾਂ ਲੱਭ ਲਈਏ ਗਲਾਸ ਜਿਹੜੀ ਚੀਜ਼ ਆਪਾਂ ਲੈ ਕੇ ਆਉਂਦੀ ਆ ਉਹੀ ਗਲਾਸ ਦੇ ਵਿੱਚ ਸੂਟ ਕਰਨੀ ਹੈ ਠੀਕ ਆ ਗਲਾਸ ਦਿਖਾ ਆਹ ਗਲਾਸ ਆ ਇਹਦੇ ਵਿੱਚ ਪੈ ਕੇ ਸੋਹਣੇ ਲੱਗੂ ਕਹਾਣੀ ਹੈ ਨਾ ਨੋਰਮਲ ਗਲਾਸ ਨਾ ਸਟੀਲ ਗਲਾਸ ਚੱਲ ਫਿਰ ਚਲੋ ਚਲ ਹੋ ਗਈ ਸ਼ੋਪਿੰਗ ਹੁਣ ਉਹ ਤਾਂ ਪਾਂਡੇ ਤੋਂ ਲਗਾ ਲਏ ਸੀ
सही करके रखी वेट ना दिया कर गड्डी ते तो नाल भज भज के चल पैने अंदर बह के वेट पऊगा गल हैगी ਕਿੱਦਾਂ ਗੱਲ ਹੈਗੀ ਏਦਾਂ ਅਸਲੀ ਨੂੰ ਤੇ ਸ਼ਾਪਿੰਗ ਤਾਂ ਆਪਾਂ ਕਰ ਲਈ ਆ ਫੁੱਦੂ ਸਮਾਨ ਲੈ ਜਮਾ ਹੀ ਫੁੱਦੂ ਪੈਸੇ ਤੂੰ ਚੰਗੇ ਜਿੰਨੇ ਲਵਾ ਤੇ ਹੋਰ ਯਾਰ ਪੈਸੇ ਸਾਰੇ ਚੰਗੇ ਜਿੰਨੇ ਸਮਾਨ ਦੇ ਲੱਗ ਗਏ ਤੇ ਆਹ ਗੱਲ ਬਣੀ ਜੀ ਨਹੀਂ ਹਨਾ ਇਹ ਮਹਿੰਗਾਈ ਸਾਨੂੰ ਹੀ ਲੱਗ ਰਹੀ ਹੈ ਜਾਂ ਹੋ ਗਈ ਆ ਹੋ ਗਈ ਹੈ ਕਬੀਲਦਾਰ ਬੰਦਿਆਂ ਨੂੰ ਆਹੀ ਲੱਗਦਾ ਹੈ ਮਹਿੰਗਾਈ ਬੜੀ ਹੈ ਸਹੀ ਗੱਲ ਆ ਤੇ ਤਿੰਨ ਵੱਜ ਗਿਆ ਸਲੀਮ ਕਿੰਨੇ ਵਜੇ ਨਿਕਲੇ ਸੀ ਆਪਾਂ चीजां ने हुण असीं चलदे आं घरे तीन वज गए ते देखदे आं की माहौल बनदा ते घर जाके मिलदे आं ठीक है जी बड़ी मेहरबानी ਇੱਥੇ ਕਬੂਤਰ ਬਹੁਤ ਹੈ ਏਰੀਏ 'ਚ ਜਾ ਦਾਣਾ ਪਾਇਆ ਅਤੇ ਤੂੰ ਪਾਇਆ ਉੱਤਰ ਕੇ ਜਾ ਇਹਨਾਂ ਨੂੰ ਇੱਥੇ ਬਹਿ ਜਾ ਤੂੰ ਇਹਨਾਂ ਨਾਲ ਇਕੱਲਾ ਕਰ ਲਾ ਅਤੇ ਚਲੋ ਜੀ ਮਿਲਦੇ ਹਾਂ ਫਿਰ ਘਰ ਸ਼ਾਮ ਨੂੰ ਦੇਖਦੇ ਹਾਂ ਫਿਰ ਕੀ ਮਾਹੌਲ ਬਣਦਾ ਬਾਬਾ ਘਰ ਆਪਾਂ ਆ ਗਏ ਹਾਂ ਤੁਹਾਨੂੰ ਦੱਸਿਆ ਸੀਗਾ ਸਾਰਾ ਸਮਾਨ ਸਮੂਨ ਲੈ ਕੇ ਹੈ ਨਾ ਜਵਾਕਾਂ ਦਾ ਜਲੇਬੀਆਂ ਪਈਆਂ ਜਲੇਬੀ ਖਾਣੀ ਜਲੇਬੀ ਖਾ ਲਓ ਵਧੀਆ ਇੰਡੀਆ ਟਾਈਪ ਸਮੋਸੇ ਖਾਣੇ ਸਮੋਸੇ ਕੀ ਕਰ ਰਿਹਾ ਉਹ ਪੀ ਰਿਹਾ ਵਾਈਨ ਠੀਕ ਹੈ ਇਹ ਖੋਲ੍ਹਣ ਦਾ ਤਰੀਕਾ ਹੋਣਾ ਇਹਦਾ ਫਿਰ ਖੋਲ੍ਹਦਾ ਉਹ ਓਪਨਰ ਜਿਹਾ ਅਤੇ ਮਾਹੌਲ ਸੈੱਟ ਆ ਅਤੇ ਉਸਤਾਦ ਯੋ ਯੋ ਬਾਬਾਸ